ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲਤਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਲਗਾਤਾਰ ਵਾਤਾਵਰਣ ਨੂੰ ਲੈ ਕੇ ਵੱਡੇ ਵੱਡੇ ਸਵਾਲ ਲੋਕਾਂ ਦੇ ਵੱਲੋਂ ਵੀ ਚੁੱਕੇ ਜਾ ਰਹੇ ਨੇ ਤੇ ਸਰਕਾਰਾਂ ਵੀ ਇਸ ਪ੍ਰਤੀ ਸੰਜੀਦਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਵਾਤਾਵਰਣ ਦਿਵਸ ਲੰਘ ਚੁੱਕਿਆ ਤੇ ਸਰਕਾਰਾਂ ਦੇ ਵੱਲੋਂ ਕੀਤੇ ਹੋਏ ਦਾਅਵੇ ਵੀ ਸਾਹਮਣੇ ਆ ਚੁੱਕੇ ਨੇ ਲਗਾਤਾਰ ਰੁੱਖਾਂ ਦੀ ਕਟਾਈ ਹੁੰਦੀ ਜਾ ਰਹੀ ਹੈ ਪਰ ਆਮ ਲੋਕਾਂ ਦੇ ਵੱਲੋਂ ਵੀ ਇਸ ਪ੍ਰਤੀ ਸਵਾਲ ਚੁੱਕੇ ਜਾ ਰਹੇ ਨੇ ਪਰ ਸਰਕਾਰ ਦੇ ਦਾਅਵਿਆਂ ਦੇ ਵਿਚਕਾਰ ਅਸਲ ਸੱਚਾਈ ਕੀ ਅਸਲ ਮਾਇਨੇ ਦੇ ਵਿੱਚ ਵਾਤਾਵਰਣ ਦਾ ਜੋ ਸਥਿਤੀ ਵਿਗੜ ਰਹੀ ਹੈ ਉਸ ਮੁਤਾਬਕ ਕੀ ਸਰਕਾਰ ਸੰਜੀਦਾ ਹੈ ਕਿ ਆਮ ਲੋਕ ਸੰਜੀਦਾ ਨੇ ਤੇ ਜੇਕਰ ਸੰਜੀਦਾ ਨੇ ਤਾਂ ਵਾਤਾਵਰਣ ਦੇ ਵਿਗੜਨ ਦੇ ਕਾਰਨ ਕੀ ਨੇ ਤੇ ਚਲਦੇ ਹਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਜਾਣਦੇ ਹਾਂ ਕਿ ਵਾਤਾਵਰਣ ਪ੍ਰਤੀ ਲੋਕੀ ਸੋਧੇ ਨੇ ਸਰਕਾਰਾਂ ਦੇ ਦਾਅਵੇ ਅਸਲ ਮਾਇਨੇ ਦੇ ਵਿੱਚ ਲਾਗੂ ਹੁੰਦੇ ਨੇ ਜਾਂ ਨਹੀਂ ਸਾਰੇ ਸਵਾਲਾਂ ਦੇ ਜਵਾਬ ਲੋਕਾਂ ਤੋਂ ਜਾਣਦੇ ਹਾਂ ਤੇ ਪੁੱਛਦੇ ਹਾਂ ਕਿ ਉਹ ਵਾਤਾਵਰਣ ਦੇ ਲਈ ਕੀ ਕੁਝ ਕਰ ਰਹੇ ਨੇ ਸੋ ਆਓ ਚੱਲਦੇ ਆਂ ਲੋਕਾਂ ਦੀ ਕਚੈਰੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਜੀਵ ਹੈ ਜੀ ਅੱਛਾ ਰਾਜੀਵ ਜੀ ਲਗਾਤਾਰ ਵਾਤਾਵਰਣ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਨੇ ਪੋਲਿਊਸ਼ਨ ਜਿਹੜਾ ਵਾਤਾਵਰਣ ਦੇ ਵਿੱਚ ਦੇਖਣ ਨੂੰ ਆ ਰਿਹਾ ਹੈ ਪਾਣੀ ਵੀ ਪੋਲਿਊਸ਼ਨ ਹੋ ਰਿਹਾ ਹੈ ਜਿਹੜੀ ਹਵਾ ਵੀ ਪੋਲਿਊਟ ਹੋ ਰਹੀ ਹੈ ਹਰ ਇੱਕ ਚੀਜ਼ ਗੰਦਲੀ ਹੋ ਰਹੀ ਹੈ ਰੁੱਖਾਂ ਦੀ ਕਟਾਈ ਹੋ ਰਹੀ ਹੈ ਸਭ ਤੋਂ ਪਹਿਲਾਂ ਕੀ ਮੰਗ ਕਰਦੇ ਹੋ ਕਿ ਵਾਤਾਵਰਣ ਦੀ ਸਥਿਤੀ ਜੋ ਵਿਗੜ ਰਹੀ ਹੈ ਉਸ ਦੇ ਕਾਰਨ ਕੀ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਅੱਜ ਦੇ ਦਿਨ ਦੇ ਅੰਦਰ ਜਿਹੜਾ ਮੇਨ ਅਜੈਂਡਾ ਹੋਣਾ ਚਾਹੀਦਾ ਇੱਕ ਪਾਪੂਲੇਸ਼ਨ ਕੰਟਰੋਲ ਪਾਪੂਲੇਸ਼ਨ ਤੇ ਕੋਈ ਕੰਟਰੋਲ ਨਹੀਂ ਹੈ ਦਿਨ ਪਰ ਦਿਨ ਜਨਸੰਖਿਆ ਵਧਦੀ ਜਾ ਰਹੀ ਹੈ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਤਾਂ ਅੱਜ ਦੇ ਦਿਨ ਦੇ ਅੰਦਰ ਜੇ ਪਹਿਲਾ ਮੁੰਡਾ ਹੋ ਜੇ ਤਾਂ ਉਸ ਤੋਂ ਬਾਅਦ ਨਹੀਂ ਕਰਦੇ ਠੀਕ ਹੈ ਜੀ ਤੇ ਜਿਹੜੇ ਲੋਕ ਅਨਪੜ੍ਹ ਹੈ ਜਿਨ੍ਹਾਂ ਵਾਸਤੇ ਮੀਨਸ ਕਿ ਸਰਕਾਰ ਨੂੰ ਅਭਿਆਨ ਚਲਾਉਣਾ ਚਾਹੀਦਾ ਹੈ ਉਹਨਾਂ ਦੇ 6-6 ਬੱਚੇ ਹੈ ਦੂਸਰਾ ਜਿਹੜੀਆਂ ਕਿ ਮਲਟੀਨੇਸ਼ਨਲ ਕੰਪਨੀ ਨੇ ਇੱਥੇ ਕਾਰਾਂ ਮੁਲਕ ਦੇ ਵਿੱਚ ਲਿਆਤੀਆਂ ਜਿਹੜੀਆਂ ਕਾਰਾਂ ਇੰਟਰਨੈਸ਼ਨਲ ਲੈਵਲ ਤੇ ਨਹੀਂ ਚੱਲਦੀਆਂ ਉਹ ਹਿੰਦੁਸਤਾਨ 'ਚ ਚੱਲਦੀਆਂ ਠੀਕ ਹੈ ਜੀ ਉਹ ਕਾਰਾਂ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਐ ਦੂਸਰਾ ਬੈਂਕਾਂ ਦੀ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਕਿ ਕਿਸ਼ਤਾਂ ਦਿੰਦੇ ਆ ਜਿਹੜੇ ਕਿ ਕਹਿੰਦੇ ਆ ਕਿ 1000 ਰੁਪਇਆ ਦੇ ਤਾਂ ਕਾਰ ਲੈ ਜਾ ਨਾ ਪਾਰਕਿੰਗ ਦੀ ਜਗ੍ਹਾ ਹੈ ਲੋਕਾਂ ਦੇ ਕੋਲ ਲੇਕਿਨ ਲੋਕ ਦਿਖਾਵੇ ਦੇ ਵਿੱਚ ਗੱਡੀਆਂ ਲਈਆਂ ਜਾ ਰਹੀਆਂ ਇਸ ਚੀਜ਼ ਨੂੰ ਲੋਕ ਬੌਦਰ ਨਹੀਂ ਕਰ ਰਹੇ ਕਿ ਵੀ ਕੱਲ ਨੂੰ ਜਿਹੜੀ ਧੂਆਏ ਛੱਡ ਰਹੀਆਂ ਗੱਡੀਆਂ ਇਹ ਸਾਡੇ ਲੰਗਜ਼ ਨੂੰ ਖਰਾਬ ਕਰ ਰਹੀਆਂ। ਕਹਿੰਦੇ ਨਹੀਂ ਜੇ ਪੜੋਸੀ ਨੇ ਗੱਡੀ ਲਈਏ ਤਾਂ ਮੈਂ ਵੀ ਲਾਉਂਗਾ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਸੇ ਕਰਕੇ ਤੁਸੀਂ ਦੇਖੋਗੇ ਤੇ ਕੱਲ੍ਹ ਜਾਂ ਪਰਸੋਂ ਇੱਕ ਗੁਰਦੁਆਰਾ ਸਾਹਿਬ ਨੇ ਪ੍ਰਸ਼ਾਦ ਦੀ ਜਗ੍ਹਾ ਛੋਟੇ-ਛੋਟੇ ਪੌਦੇ ਵੰਡੇ। ਕਿ ਅਸੀਂ ਪ੍ਰਸ਼ਾਦ ਕਢਾਹਦਾ ਨਹੀਂ ਦੇ ਰਹੇ। ਅਸੀਂ ਪੌਦੇ ਤਾਂ ਦੇ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਤੁਸੀਂ ਇਹੇ ਲਗਾਓ ਆਹ ਨਾਲੇ ਟਾਈਮ ਦੇ ਅੰਦਰ ਕਢਾਹਦੇ ਪ੍ਰਸ਼ਾਦ ਨੇ ਕੰਮ ਨਹੀਂ ਕਰਨਾ ਇਹ ਪੀੜਾਂ ਨੇ ਕੰਮ ਕਰਨਾ। ਜਿਹੜੇ ਕਿ ਤੁਹਾਨੂੰ ਅੱਗੇ ਚੱਲ ਕੇ ਸਾਹ ਦੇਣਗੇ ਸਾਫ ਸੁਥਰੀ ਆਕਸੀਜਨ ਦੇਣਗੇ ਤਾਂ ਕਿ ਤੁਹਾਡੀ ਜ਼ਿੰਦਗੀ ਅੱਗੇ ਵੱਧ ਸਕੇ ਆਪਣੇ ਬੱਚਿਆਂ ਨੂੰ ਵੀ ਸਮਝਾਓ ਹੋਰ ਦੱਸੋ ਕੀ ਪੁੱਛਣਾ ਚਾਹੁੰਦੇ ਅੱਛਾ ਦੂਜੀ ਗੱਲ ਇਹ ਹੈ ਕਿ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਵਾਤਾਵਰਣ ਅੱਜਕੱਲ ਇੱਕ ਏਜੰਡਾ ਬਣਦਾ ਜਾ ਰਿਹਾ ਹੈ ਇਸ ਏਜੈਂਡੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਪਰ ਭਾਰਤ ਦੇ ਵਿੱਚ ਨਾ ਤਾਂ ਕਿਤੇ ਵਾਤਾਵਰਣ ਦਾ ਕੋਈ ਚੌਣਾ ਦੇ ਸਮੇਂ ਕੋਈ ਏਜੈਂਡਾ ਹੁੰਦਾ ਸਿਰਫ ਤੋਂ ਸਿਰਫ 5 ਜੂਨ ਜਦੋਂ ਆਉਂਦੀ ਹੈ ਤਾਂ ਉਸ ਸਮੇਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਦਾਅਵੇ ਕਰ ਦਿੱਤੇ ਜਾਂਦੇ ਨੇ ਸਰਕਾਰੀ ਆਗੂਆਂ ਦੇ ਵੱਲੋਂ ਕਿ ਐਨੇ ਲੱਖ ਬੂਟੇ ਲਗਾਏ ਜਾਣਗੇ ਪਾਣੀ ਨੂੰ ਬਚਾਇਆ ਜਾਵੇਗਾ ਇਸ ਜਿਹੜਾ ਨੀਤੀ ਉੱਤੇ ਕੰਮ ਕੀਤਾ ਜਾਵੇਗਾ ਜੇਕਰ 19 ਤਿਦਾਦ ਦੇ ਵਿੱਚ ਕਿੰਨੇ ਵਾਤਾਵਰਣ ਦਿਵਸ ਲੰਘੇ ਨੇ ਜੇ 19 ਤਿਦਾਦ ਦੇ ਵਿੱਚ ਅਸਲ ਦੇ ਵਿੱਚ ਦਾਅਵਿਆਂ ਦੇ ਉੱਤੇ ਕੰਮ ਕੀਤਾ ਜਾਂਦਾ ਤਾਂ ਪੰਜਾਬ ਇੱਕ ਜੰਗਲ ਨਾ ਬਣ ਜਾਂਦਾ ਬਿਲਕੁਲ ਬਣ ਜਾਂਦਾ ਜੀ ਪੰਜਾਬ ਦੇ ਵਿੱਚ ਪੰਜਾਬ ਤਾਂ ਵੈਸੇ ਹੀ ਇੱਕ ਪ੍ਰੋਸਪਰ ਤੇ ਦੇ ਸ਼ਹਿਰ ਮੰਨਿਆ ਜਾਂਦਾ ਹੈ ਲੇਕਿਨ ਅੱਜ ਦੇ ਦਿਨ ਦੇ ਅੰਦਰ ਕੀ ਹੈ ਪੰਜਾਬ ਦੇ ਵਿੱਚ ਹਰ ਜਵਾਨ ਮੁੰਡਾ ਇਹ ਕਹਿੰਦਾ ਕਿ ਮੈਨੂੰ ਤਾਂ ਫੋਰਨ ਕੰਟਰੀ ਭੇਜ ਦੇ ਕਿ ਬਾਪੂ ਮੈਂ ਹੱਲ ਨਹੀਂ ਲਾਣੇ ਮੈਂ ਪੇੜ ਨਹੀਂ ਲਾਣੇ ਮੈਂ ਤਾਂ ਕੈਨੇਡਾ ਜਾਣਾ ਜਾ ਕੇ ਟਰੱਕ ਚਲਾਣਾ 24 ਟਰਾਲਿਆਂ ਵਾਲਾ ਮੈਂ ਪੇੜ ਕਿਉਂ ਲਾਵਾਂ ਮੈਂ ਤਾਂ ਜਦੋਂ ਬਾਹਰੋਂ ਵਾਪਸ ਆਉਂਗਾ ਉਦੋਂ ਮੈਂ ਆਪਣੀ ਫੋਟੋ ਖਿਚਾ ਕੇ ਇੱਕ ਪੇੜ ਲਾ ਜੂਗਾ ਕਿ ਕੁਲਬੀਰ ਨੇ ਲਾਇਆ ਸੀ ਫੇਰ ਪੇੜ ਕਿੱਥੋਂ ਲੱਗਨੇ ਆ ਇਹ ਸਾਰੀਆਂ ਚੀਜ਼ਾਂ ਕਾਗਜ਼ਾਂ ਤੇ ਰਹਿ ਗਈਆਂ ਅੱਜ ਦੇ ਦਿਨ ਦੇ ਅੰਦਰ ਬਹੁਤ ਬਹੁਤ ਧੰਨਵਾਦ ਸਸਿਕਲ ਜੀ ਸਸਿਕਲ ਜੀ ਕੀ ਨਾਮ ਹੈ ਜੀ ਸੁਖਦੀਪ ਜੀ ਅੱਛਾ ਸੁਖਦੀਪ ਜੀ ਕੀ ਲੱਗ ਰਿਹਾ ਕਿ ਅੱਜ ਵਾਤਾਵਰਣ ਦੇ ਉੱਤੇ ਜੋ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਸਰਕਾਰ ਏਜੰਡਾ ਦੇ ਉੱਤੇ ਕੰਮ ਕਰਦੀ ਹੈ ਇਸ ਦੇ ਉੱਤੇ ਵੇਖੋ ਜੀ ਤੁਸੀਂ ਇੱਕ ਚੀਜ਼ ਨੋਟ ਕਰਨਾ ਚਾਹੋਗੇ ਚੰਡੀਗੜ੍ਹ ਇੱਕ ਹੁਣ ਜੰਗਲ ਬਣ ਚੁੱਕਿਆ ਹੈਗਾ ਬਿਲਡਿੰਗਾਂ ਦਾ ਸਰਕਾਰ ਸਿਰਫ ਪੇੜ ਕੱਟ ਰਹੀ ਹੈ ਸੀਐਲਯੂ ਦੇ ਰਹੀ ਹੈ ਉਸ ਤੋਂ ਬਾਅਦ ਕਹਿੰਦੀ ਕਿ ਕਿੰਨੀ ਕੰਸਟ੍ਰਕਸ਼ਨ ਕਰਨੀ ਕਰੋ ਸਰਕਾਰ ਸਿਰਫ ਸੀਐਲਯੂ ਦੇਣਾ ਬੰਦ ਕਰ ਦੇ ਇਹ ਬਿਲਡਿੰਗਾਂ ਬਣਾਉਣੀ ਬੰਦ ਕਰਦੇ ਤੁਸੀਂ ਬਾਹਰ ਦੀ ਕਿਸੇ ਕੰਟਰੀ ਜਾਓ ਉਸ ਮੈਂ ਕਈ ਜਗ੍ਹਾ ਤੇ ਜਾਣਾ ਰਿਹਾ ਨਾ ਬਾਰ-ਬਾਰ ਉਸ ਕੰਟਰੀਆਂ ਚ ਦੁਬਾਰਾ ਉਸ ਸਫਰ ਕਰਦਾ ਹਾਂ ਸੜੋਡ ਦੇ ਉੱਪਰ ਕਈ ਕਿ 10-10 ਸਾਲ ਹੋ ਗਏ ਸਾਈਡਾਂ ਤੇ ਇੱਕ ਦਰਖਤ تک ਨਹੀਂ ਕਟਿਆ ਗਿਆ ਉਵੇਂ ਦੇ ਉਵੇਂ ਗ੍ਰੀਨਰੀਜ਼ ਐ ਫਿਸ਼ਰੀਜ਼ ਐ ਸਭ ਕੁਝ ਹੈਗਾ ਤੁਸੀਂ ਇੱਥੋਂ ਕਿਸੇ ਪਾਸੇ ਨਿਕਲ ਜਾਓ ਦਿਨ ਨੂੰ ਨਿਕਲ ਜਾਓ ਇੱਧਰ ਨਿਕਲ ਜਾਓ ਉੱਧਰ ਨਿਕਲ ਜਾਓ ਹਰ ਜਗ੍ਹਾ ਦੇ ਉੱਪਰ ਸਿਰਫ ਤੁਹਾਨੂੰ ਬਿਲਡਿੰਗਾਂ ਹੀ ਦਿਖਦੀਆਂ ਆ ਰਹੀਆਂ ਹਨ ਉਹ ਬਿਲਡਿੰਗਾਂ ਕੌਣ ਬਣਵਾ ਰਿਹਾ ਸਰਕਾਰ ਸੀਐਲਯੂ ਦੇ ਦੇ ਕੇ ਲੋਕਾਂ ਨੂੰ ਲੋਕਾਂ ਕੋ ਪੈਸਾ ਨਹੀਂ ਹੈ ਸੀਐਲਯੂ ਦੋ ਪੈਸੇ ਦੋ ਉਸ ਤੋਂ ਬਾਅਦ ਆਪਣਾ ਕੰਸਟਰਕਸ਼ਨ ਕਰਨੇ ਸ਼ੁਰੂ ਕਰ ਦਿਓ ਕੰਸਟਰਕਸ਼ਨ ਹੋਏਗੀ ਕਿ ਜੋ ਕੁਝ ਮੇਰੇ ਭਾਈ ਸਾਹਿਬ ਨੇ ਕਿਹਾ ਵੀ ਕਾਰਾ ਵਦਨ ਗਿਆ ਸਭ ਕੁਝ ਵਦਨ ਗਿਆ ਨਾਲ ਦਰਖਤ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਦਰਖਤ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਨਾ ਕਟੋ ਆਪਾਂ ਹੁਣ ਹਾਈਵੇ ਬਣਾਈ ਜਾ ਰਹੇ ਆ ਉਹ ਸ਼ਿਮਲਾ ਹਾਈਵੇ ਬਣਾਤਾ ਕਿ ਜਰੂਰ ਸੀ ਉਸ ਹਾਈਵੇ ਦੇ ਉੱਪਰ ਸਾਰੀ ਉਹ ਨੈਚੁਰਲ ਬਿਊਟੀ ਤੋਂ ਖਰਾਬ ਕਰਕੇ ਦਰਖਤ ਤੋੜਦੇ ਆ ਹੁਣ ਉਹ ਸੈਟ ਹੀ ਨਹੀਂ ਆ ਰਿਹਾ ਕਦੀ ਕੋਈ ਪੱਥਰ ਡਿੱਗੀ ਹੁੰਦੇ ਕਦੀ ਬੰਦੇ ਰਸਤੇ ਬਾਈਨ ਹੁੰਦੇ ਆ ਇਸ ਕਰਕੇ ਦਰਖਤ ਜਿਹੜੇ ਲੱਗੇ ਹੋਏ ਸੀ ਤੁਸੀਂ ਉਹਨਾਂ ਨੂੰ ਕਟਵਾਉਣਾ ਬੰਦ ਕਰਾਓ ਤੁਸੀਂ ਤਾਂ ਮਸ਼ਰੂਮਿੰਗ ਕਰ ਰਹੇ ਹੋ ਜਿੰਨੀ ਜੋ ਵੀ ਤੁਸੀਂ ਦਿਖ ਰਿਹਾ ਅੱਜ ਦੀ ਡੇਰ 'ਚ ਦਰਖਤ ਜਿਆ ਤੁਹਾਨੂੰ ਘਰ ਦਿਖ ਰਹੇ ਆ ਜਦ ਤੱਕ ਅਸੀਂ ਇਸ ਸੀਐਲਯੂ ਜਿਹੜੇ ਆ ਸਰਕਾਰ ਦੇ ਬੰਦੇ ਜਿਹੜੇ ਕਹਿੰਦੇ ਆ ਵੀ ਸੀਐਲਯੂ ਇੰਨਾ ਸਾਨੂੰ ਕਮਿਸ਼ਨ ਦੋ ਤਿੰਨਾ ਸੀਐਲਯੂ ਲੈ ਜਾਓ ਇਹਨਾਂ ਤੇ ਇਹ ਕਰੋ ਜੇ ਜਦੋਂ ਇਹ ਬੰਦ ਹੋ ਜਾਏਗਾ ਇਹ ਆਪਣੇ ਆਪ ਸਾਰੇ ਪੋਲੂਸ਼ਨ ਵਾਲਾ ਸਿਸਟਮ ਬੰਦ ਹੋ ਜਾਏਗਾ ਅੱਛਾ ਚੋਣਾ ਦੇ ਵਿੱਚ ਵੀ ਗੱਲ ਰਹਿੰਦੀ ਹੈ ਕਿ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੁਹਾਨੂੰ ਆਟਾ ਦਾਲ ਦਿੱਤੀ ਜਾਵੇਗੀ ਇਹ ਸਕੀਮ ਦਿੱਤੀ ਜਾਵੇਗੀ ਮੋਬਾਈਲ ਫੋਨ ਦਿੱਤਾ ਜਾਵੇਗਾ ਇੰਟਰਨੈਟ ਦਿੱਤਾ ਜਾਵੇਗਾ ਵਾਤਾਵਰਣ ਦੇਣ ਦਾ ਚੰਗਾ ਵਾਤਾਵਰਣ ਦੇਣ ਦੀ ਗੱਲ ਸਰਕਾਰਾਂ ਕਿਉਂ ਨਹੀਂ ਕਰਦੀਆਂ ਇਹਨਾਂ ਜਿਹੜੀ ਹੈ ਚੱਕਰ ਵੀਊ ਦੇ ਵਿੱਚ ਹੀ ਲੋਕਾਂ ਨੂੰ ਪਾਈ ਰੱਖਿਆ ਇਹਨਾਂ ਨੇ ਚੱਕਰ ਰਹਿ ਕੇ ਜੀ ਵਾਤਾਵਰਨ ਚੰਗਾ ਉਦੋਂ ਮਿਲਦਾ ਹੈ ਇੱਕ ਆਦਮੀ ਜਿਹੜਾ ਉਸ ਬਾਰੇ ਸੋਚਦਾ ਹੈ ਆਪਣੀ ਹਿੰਦੁਸਤਾਨ ਦੀ ਪਾਪੂਲੇਸ਼ਨ ਜਿਹੜੀ ਹੈ ਇਸ ਇਸੇ ਜੋ ਹਜੇ ਤੱਕ ਪਹੁੰਚੀ ਨਹੀਂ ਆ ਵੀ ਅਸੀਂ ਵਾਤਾਵਰਨ ਬਾਰੇ ਸੋਚੀਏ ਉਹਨਾਂ ਨੂੰ ਬੇਸਿਕ ਨੈਸੈਸਿਟੀਜ਼ ਚਾਹੀਦੀਆਂ ਰੋਟੀ ਪਾਣੀ ਤੋਂ ਉੱਪਰ ਉਹ ਸੋ ਨਹੀਂ ਸਕਦੇ ਤੁਸੀਂ ਕਹੋ ਜੀ ਮੈਨੂੰ ਇੱਕ ਲੋਨ ਵਾਲਾ ਵੱਡੇ ਲੋਨ ਵਾਲਾ ਘਰ ਚਾਹੀਦਾ ਉਹ ਵਾਤਾਵਰਨ ਬਾਰੇ ਗੱਲ ਹੋ ਗਈ ਮੈਨੂੰ ਇਸ ਚ ਦਰਖਤ ਚਾਹੀਦੇ ਆ ਮੈਨੂੰ ਇਹ ਵਾਤਾਵਰਨ ਨਾਲ ਗੱਲ ਹੋ ਗਈ ਉਹ ਕਹਿੰਦਾ ਜੀ ਮੈਨੂੰ ਤਾਂ ਇੱਕ ਕਮਰਾ ਦੇ ਦਿਓ ਅਸੀਂ ਚਾਰ ਜਣੇ ਸੌ ਜਾਾਂਗੇ ਇਸ ਚ ਇਸ ਕਰਕੇ ਜਿੱਥੋਂ ਜਿਹਨੂੰ ਦੇਸ਼ ਗਰੀਬੀ ਵਾਲੇ ਪਾਸੇ ਚੱਲ ਰਿਹਾ ਹੁੰਦਾ ਹੈ ਉਹ ਵਾਤਾਵਰਨ ਵਾਸਤੇ ਨਹੀਂ ਚੱਲਦਾ ਵਾਤਾਵਰਨ ਦੀਆਂ ਕੰਟਰੀਆਂ ਜਿਹੜੀਆਂ ਡਿਵੈਲਪਡ ਕੰਟਰੀਆਂ ਸੋਚਦੀਆਂ ਆ ਆਪਾਂ ਡਿਵੈਲਪਿੰਗ ਕੰਟਰੀ ਤੋਂ ਥੱਲੇ ਜਾ ਰਹੇ ਹਾਂ ਹੁਣ ਕਿਉਂਕਿ ਆਪਾਂ ਪਾਪੂਲਿਸ਼ਮ ਚਾਹੁੰਦੇ ਆ ਰਹੇ ਆ ਵੋਟਾਂ ਵਾਸਤੇ ਉਹਨੂੰ ਪੋਲਰਾਈਜੇਸ਼ਨ ਕਰ ਰਹੇ ਆ ਉਸ ਗਰੀਬ ਨੂੰ ਗਰੀਬ ਬਣਾਇਆ ਜਾਵੇ ਅਮੀਰ ਨੂੰ ਵੀ ਮੀਰ ਬਣਾਇਆ ਜਾਵੇ ਤੇ ਵੋਟਾਂ ਕੱਲ ਨੂੰ ਲਈਆਂ ਜਾਣ ਇਹਨਾਂ ਤੋਂ ਇਸ ਕਰਕੇ ਉਹਨਾਂ ਨੂੰ ਉਹ ਬੇਸਿਕ ਚੀਜ਼ ਜਿਹੜੀ ਉਸ ਟਾਈਮ ਜ਼ਰੂਰ ਥੰਦੀ ਹੈ ਜਿਵੇਂ ਕਹਿੰਦੇ ਆ ਵੀ ਰੱਬ ਨੇੜੇ ਕਿ ਡੰਡਾ ਉਦੋਂ ਉਹਨਾਂ ਨੂੰ ਡੰਡੇ ਜ਼ਰੂਰ ਥੰਦੀ ਹੈ ਵੀ ਸਾਨੂੰ ਰੋਟੀ ਖਾਣੇ ਦੇ ਦਿਦੋ ਵਾਤਾਵਰਨ ਤਾਂ ਜਦੋਂ ਹੋਏਗਾ ਦੇਖਿਆ ਜਾਏਗਾ ਲੋਕਾਂ ਕੋਲ ਬੇਸਿਕ ਨੈਸਸਿਟੀਆਂ ਨਹੀਂ ਹੈ ਵਾਤਾਵਰਨ ਤਾਂ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਦਰਖਤੇ ਨਾ ਘਟਾਓ ਤੁਸੀਂ ਇਹ ਸੀਐਲਜੀ ਨਾਲ ਦੋ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਇਹ ਚੀਜ਼ਾਂ ਅੱਜ ਦੀ ਰੇਡ 'ਚ ਤੁਸੀਂ ਦੇਖੋ ਅੱਜ ਅਖਬਾਰ ਜਿਵੇਂ ਪੜ ਰਿਹਾ ਸੀ ਇੱਕ ਮੁੰਡੇ ਨੇ 38 ਦੇ ইয়ারز ਨੇ suicid ਕਰ ਲਿਆ ਹੈਗਾ ਮੋਹਲੀ ਵਿੱਚ ਜਿਹੜਾ ইয়ারਜ਼ ਆ ਸੀ ਉਹ ਕੋਈ ਬਿジネス ਉਹ ਕਿਹਦਾ ਸੀ ਜੀ ਕਿ ਗਮਾੜਾ ਦੇ ਸੁਪਰਡੈਂਟ ਦਾ ਮੁੰਡਾ ਸੀ ਅੱਜ ਦੀ ਡੇਟ 'ਚ ਬਹੁਤ ਵੱਡਾ ਅਮੀਰ ਆਦਮੀ ਬਣ ਗਿਆ ਸੀ ਪਰ ਗੱਲ ਵਾਤਾਵਰਣ ਦੀ ਹੋ ਰਹੀ ਹੈ ਸਵਾਲ ਸਰਕਾਰਾਂ ਦੇ ਉੱਤੇ ਵੀ ਕੀਤੇ ਜਾਣੇ ਚਾਹੀਦੇ ਨੇ ਬੜੇ ਸਵਾਲ ਲਗਾਤਾਰ ਉੱਠਦੇ ਰਹਿੰਦੇ ਨੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਵਾਤਾਵਰਨ ਨੂੰ ਲੈ ਕੇ ਜਿੱਥੇ ਸਰਕਾਰਾਂ ਦੇ ਉੱਤੇ ਸਵਾਲ ਖੜੇ ਕੀਤੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਜਾਂ ਧਨਾੜ ਲੋਕਾਂ ਦੀ ਗੱਲ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਰੁੱਖਾਂ ਨੂੰ ਅਜਾੜ ਕੇ ਵਿਕਾਸ ਕੀਤਾ ਜਾ ਰਿਹਾ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਗੱਲਬਾਤ ਕਰਦੇ ਹਾਂ ਕੁਝ ਹੋਰ ਲੋਕ ਮੌਜੂਦ ਨੇ ਗੱਲਬਾਤ ਜਾਣਦੇ ਹਾਂ ਕਿ ਵਾਤਾਵਰਨ ਪ੍ਰਤੀ ਸਰਕਾਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਜਾਂ ਆਮ ਲੋਕ ਕੀ ਕੁਝ ਕਰ ਰਹੇ ਨੇ ਵਾਤਾਵਰਨ ਦੇ ਗੰਦਲੇ ਹੋਣ ਦੇ ਪਿੱਛੇ ਕੀ ਕਾਰਨ ਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮੈਂ ਵਿਨੋਦ ਕੁਮਾਰ ਅੱਛਾ ਵਿਨੋਦ ਕੁਮਾਰ ਜੀ ਲਗਾਤਾਰ ਵਾਤਾਵਰਨ ਗੰਦਲਾ ਹੁੰਦਾ ਜਾ ਰਿਹਾ ਹੈ ਤੇ ਵਾਤਾਵਰਨ ਦਿਵਸ ਦੇ ਮੌਕੇ ਸਰਕਾਰਾਂ ਦੇ ਵੱਲੋਂ ਜਾਂ ਸਰਕਾਰੀ ਆਗੂਆਂ ਦੇ ਵੱਲੋਂ ਵਾਅਦੇ ਵੀ ਕੀਤੇ ਜਾਂਦੇ ਨੇ ਕੁਝ ਲੋਕ ਗਰਮੀ ਦੀ ਤਪਸ਼ ਨੂੰ ਦੇਖਦੇ ਦੇਖਦੇ ਆ ਉਹਨਾਂ ਦੇ ਵਿੱਚ ਵੀ ਵਿਚਾਰ ਫੁੱਟਣ ਲੱਗ ਜਾਂਦੇ ਨੇ ਕਿ ਵਾਤਾਵਰਨ ਬਚਾਉਣਾ ਚਾਹੀਦਾ ਹੈ ਅਸਲ ਮਾਇਨੇ ਦੇ ਵਿੱਚ ਵਾਤਾਵਰਨ ਬਚ ਰਿਹਾ ਜਾਂ ਗੰਦਲਾ ਹੋ ਰਿਹਾ ਐਕਚੁਅਲੀ ਇਹ ਵਾਤਾਵਰਨ ਸਰਕਾਰ ਨਹੀਂ ਬਚਾ ਸਕਦੀ ਇਕੱਲੇ ये एक हमारी मतलब सभी की रिस्पॉन्सिबिलिटी होती है वातावरण बचाने की सरकार को भी अपने लेवल पे काम करना चाहिए हर एक इंडिविजुअल को हर एक जो देश का नागरिक है उसको अपने लेवल पे काम करना चाहिए तो आप देखो कि आप मतलब एक जुडिशस यूज ऑफ वाटर पानी है हम कट यूज करा वो तो ला तो बना नहीं सकते ज़्यादा से ज़्यादा हम रेट बढ़ा सकते हैं पानी के लेकिन पानी का रेट बढ़ाने से कोई हल नहीं होगा जब तक आ, आम आदमी एक आम आदमी अपनी जिम्मेवारी नहीं समझेगा कि हमने पानी बचाना है एक आम आदमी ये नहीं सोचेगा कि मैंने पेड़ लगाना है बल्कि हाँ सरकार यही कर सकती है कि जो बच्चे हिमालय है, मैट्रिक पास कर रहे हैं ग्रेजुएशन कर रहे हैं पो, पोस्ट ग्रेजुएशन कर रहे हैं उनकी रिस्पॉन्सिबिलिटी कर दे कि जैसे प्रैक्टिकल का काम नहीं होता है कि आपने प्रैक्टिकल बनाना है ये कह रहे हो भाई दसवीं कई दसवीं उस बच्चे की प्रैक्टिकल वो काम दे दो पाँच पेड़ लगाएगा भाई दसवीं तक पास होएगी पाँच पेड़ लगा के बड़ा करके दिखाएगा टीचर को देखो जी मैं पाँचवीं से पेड़ लगा रहा था और ये पाँच पेड़ मैंने बड़े कर दिए ऐसे ही ग्रेजुएशन वाले किसी दस लगा दो पोस्ट ग्रेजुएशन वाले को बोल दो बीस पेड़ दिखा भाई तू लगाए कहाँ है तूने वो भी प्रैक्टिकल काम है ਤੋ ਐਸੀ ਸਰਕਾਰ ਕਰ ਸਕਦੇ ਲੇਕਿਨ ਇੱਕ ਆਮ ਆਦਮੀ ਕੋ ਆਪਣੀ ਜ਼ਿੰਮੇਵਾਰੀ ਸਮਝ ਕੇ ਤਬ ਹੀ ਅਸੀਂ ਵਾਤਾਵਰਨ ਕੋ ਬਚਾ ਸਕਦੇ ਅੱਛਾ ਤੁਸੀਂ ਬਹੁਤ ਵਧੀਆ ਗੱਲ ਕਰੀ ਐ ਸਟੂਡੈਂਟ ਦੇ ਰਿਲੇਟਡ ਉਹਨਾਂ ਨੂੰ ਪ੍ਰੈਕਟੀਕਲ ਵਰਕ ਦੇ ਲਈ ਦਿੱਤਾ ਐ ਪਰ ਦੂਜੀ ਗੱਲ ਜੇਕਰ ਸਰਕਾਰਾਂ ਦੀ ਕਰਾਂ ਤਾਂ ਜਦੋਂ ਇਲੈਕਸ਼ਨ ਹੁੰਦੇ ਨੇ ਚੋਣਾਂ ਹੁੰਦੀਆਂ ਨੇ ਉਸ ਵਕਤ ਸਰਕਾਰਾਂ ਦੇ ਏਜੰਡੇ ਦੇ ਉੱਤੇ ਨੌਕਰੀਆਂ ਆ ਜਾਂਦੀਆਂ ਨੇ ਵਿਰੋਧੀ ਧਿਰਾਂ ਆ ਜਾਂਦੀਆਂ ਨੇ ਆਮ ਲੋਕਾਂ ਨੂੰ ਆਟਾ ਦਾਲ ਸਕੀਮ ਦੇਣ ਦੀਆਂ ਗੱਲਾਂ ਆ ਜਾਂਦੀਆਂ ਨੇ ਵਾਤਾਵਰਣ ਸਕੀਮ ਜਾਂ ਵਾਤਾਵਰਣ ਨੂੰ ਬਚਾਉਣ ਦੀਆਂ ਗੱਲਾਂ ਉਸ ਸਮੇਂ ਜਦੋਂ ਲੋਕ ਸਭਾ ਇਲੈਕਸ਼ਨ ਹੋਈਆਂ ਸਨ ਵਿਧਾਨ ਸਭਾ ਚੋਣਾਂ ਹੋਈਆਂ ਸਨ ਉਦੋਂ ਚੋਣਾਂ ਸਮੇਂ ਏਜੰਡੇ ਦੇ ਵਿੱਚ ਨਹੀਂ ਹੁੰਦੀਆਂ ਹਾਂ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਉਠਾ ਲਓ ਕਿਸੇ ਵੀ ਪਾਰਟੀ ਦੇ ਮੈਨੀਫੈਸਟੋ ਮੇ ਕੋਈ ਪ੍ਰਿਆਵਰਣ ਦੀ ਗੱਲ ਨਹੀਂ ਕਰਤਾ ਐਨਵਾਇਰਨਮੈਂਟ ਦੀ ਗੱਲ ਨਹੀਂ ਕਰਤਾ ਪਾਣੀ ਦੀ ਗੱਲ ਨਹੀਂ ਕਰਤਾ ਪੇੜ-ਪੌਦਿਆਂ ਦੀ ਗੱਲ ਨਹੀਂ ਕਰਤਾ ਕਿਉਂਕਿ ਉਹਨਾਂ ਕੇ ਇਸ਼ੂਜ਼ ਡਿਫਰੈਂਟ ਹੁੰਦੇ ਹਨ ਕੋਈ ਵੀ ਮਤਲਬ ਲੇਕਿਨ जो वातावरण है ना वातावरण जैसे इंटरनेशनल लेवल पे भी बड़ी एफर्ट किए जा रहे हैं रियो डी ये वो काफ़ी समिट्स होती हैं ये लेकिन उनके हल कुछ नहीं निकलते हल इसलिए नहीं निकलते क्योंकि जो जो ऊपर ऊपर स्कीम्स बनती है जो ग्राउंड लेवल पे कुछ भी काम नहीं होता ग्राउंड लेवल पे काम होना चाहिए अब हम खेती की बात करते हैं हम पैडी लगा देते हैं वीट पैडी वीट पैडी पैडी में इतना ज़्यादा पानी चाहिए सारा का सारा अंडरग्राउंड वाटर उन्होंने ख़त्म कर दिया है पहले 20 फीट पे पानी मिलता था आजकल समर्जल 300 300 फीट पे चले गए हैं तो इससे क्या है कि हमारा डाइवर्सिफिकेशन ऑफ़ क्रॉप्स भी होना चाहिए ताकि हम ऐसी फसलें उगाएं जिसमें कम पानी लगे अब हम ज़्यादा से ज़्यादा पैडी लगाएंगे ज़्यादा से ज़्यादा मतलब ऐसी क्रॉप्स लगाएंगे जिनमें बहुत ज़्यादा पानी की ज़रूरत होगी तो भी हमें मतलब उस उससे उसमें क्या है कि सरकार ने हरियाणा गवर्नमेंट ने जैसे पंजाब गवर्नमेंट ने काम तो किया हुआ है अब भाई जो आप मक्का उगाओगे आप बाजरा लगाओगे आप दूसरी क्रॉप्स लगाओगे जिनमें पानी की कम खपत होती है आपको इंसेंटिवस देंगे ਆਪਕੋ ਇਨਸੈਂਟਿਵਸ ਲੇਕਿਨ ਕਿਸਾਨ ਮੰਨਤੇ ਨਹੀਂ ਕਿਸਾਨ ਤੋਂ ਨਹੀਂ ਜੀ ਅਸੀਂ ਨੇ ਪੈਡੀ ਲਗਾਨੀ ਹੈ ਅਸੀਂ ਨੇ ਰਾਈਸ ਅਸੀਂ ਨੇ ਉਹ ਵੀਟ ਲਗਾਣਾ ਹੈ ਉਹਨਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਨੌਜਵਾਨ ਮੌਜੂਦ ਨੇ ਜਾਣਦੇ ਆ ਕਿ ਨੌਜਵਾਨ ਵਾਤਾਵਰਨ ਨੂੰ ਬਚਾਉਣ ਦੇ ਲਈ ਜਦ ਗੰਦਲੇ ਹੋ ਰਹੇ ਵਾਤਾਵਰਨ ਪ੍ਰਤੀ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਮਨ ਸਿਵਾਚ ਅੱਛਾ ਅਮਨ ਕੀ ਲੱਗ ਰਿਹਾ ਕਿ ਇਸ ਸਮੇਂ ਜੋ ਵਾਤਾਵਰਣ ਦੀ ਸਥਿਤੀ ਬਣੀ ਹੋਈ ਹੈ ਹਰ ਕੋਈ ਜਿੱਥੇ ਗਰਮੀ ਦੀ ਵੀ ਵਧਦੀ ਵਧਦੀ ਜਾ ਰਹੀ ਹੈ ਮੀਂਹ ਦਾ ਘਟਣਾ ਹਵਾ ਦਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਗੰਦਲੇ ਹੁੰਦੇ ਜਾ ਰਹੇ ਹੈ ਹਰ ਇੱਕ ਚੀਜ਼ ਗੰਦਲੀ ਹੁੰਦੀ ਜਾ ਰਹੀ ਹੈ ਬਚਾਉਣ ਦੇ ਕੀ ਉਪਰਾਲੇ ਕੀਤੇ ਜਾ ਰਹੇ ਨੌਜਵਾਨਾਂ ਦੇ ਵੱਲੋਂ ਵੀ बचाने के लिए अगर हमें करना चाहिए जो सरकारी इनिशिएटिव्स लेती है बहुत अच्छे इनिशियेटिव लेती है बहुत अच्छे फैसले लागू करती है अनाउंसमेंट्स भी बहुत अच्छी होती है पर सिर्फ अनाउंसमेंट्स ही रह जाती है ग्राउंड पे फील्ड पे ऐसा कोई काम नहीं होता जिससे इन्वायरमेंट को सेव किया जा सके जैसे अभी लेटेस्ट एक रिपोर्ट थी कि एक कंट्री ने ये कंपलसरी कर दिया कि ग्रेजुएट्स को ट्रीज़ इम्प्लान्ट करने पड़ेंगे वरना डिग्री नहीं देंगे ऐसे इनिशिएटिव्स इंडिया के अंदर बहुत रेयर देखने को मिलते हैं देखने को मिलते हैं तो उनके ऊपर इतना कुछ सक्सेसफुल नहीं हो पाता अभी लेटेस्ट रिपोर्ट है कि इंडिया के अंदर जो डेथ्स हैं 12.5 परसेंट डेथ्स एयर पोल्यूशन से होती है फाइव ईयर से कम के बच्चों की ये बहुत बड़ा एक आ, कह सकते हैं बड़ी मात्रा में लोग बच्चों की जान जा रही है पर गवर्नमेंट को कुछ फ़र्क नहीं पड़ रहा है अभी गंगा को साफ करने के लिए जब मोदी जी की सरकार आई थी हमारे पीएम ने कहा था कि हम गंगा साफ हुई है बिल्कुल भी नहीं सर ग्राउंड रिपोर्ट एक ध्रुवराठी की मैंने देखी थी वाराणसी की जहाँ से अपने मोदी जी इलेक्शन लड़ रहे हैं अभी बनारस वाराणसी वहाँ सब उसने जाके चेक किया था तो ग्राउंड रिपोर्ट ये कि आप अगर मेन मेन घाट्स पे जाओगे बावन घाट से वहाँ मेन मेन घाट जाओगे वो क्लियर है लेकिन साइड में फिर से वही गंदगी है तो उसका कोई फ़ायदा नहीं है कल की न्यूज़ है फिर एक कला सरकार ही कर सकती हैं जो आम लोगों की भी तो गलती हो सकती है ना एक्चुअली सरकार का काम का का है लो बनाना एग्जीक्यूटिवस का काम है लो इम्प्लाई करना पर मानना काम है जनता का जब तक देश की जनता जागरूक नहीं होगी नौजवान जागरूक नहीं होंगे कुछ नहीं हो सकता इस देश का अभी इन्वायरमेंट दे था पाँच तारीख को फाइव जून को तो हमारे जो इन्वायरमेंट मिनिस्टर है प्रकाश जावड़े जावड़ेकर जी उन्होंने भी यही बात बोली है कि एयर पोल्यूशन से बचाने के लिए हमें कुछ ना कुछ स्टेप्स उठाने पड़ेंगे कुछ ना कुछ करना पड़ेगा पर नौजवान जब आगे आएंगे तभी इस चीज़ का कोई हल होगा जब वो इंस्पायर होंगे तभी इस चीज़ का क्योंकि नौजवान ही देश का भविष्य है वो अगर कुछ करेंगे तो ही देश का भला हो सकता है इन्वायरमेंट पोल्यूशन वैसे ही रहेगा गर्मी ऐसे ही बढ़ेगी बहुत बहुत धन्यवाद ਸਾਡੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਲਗਾਤਾਰ ਦੇਸ਼ ਦੇ ਵਿੱਚ ਜਿਹੜਾ এনवायरमेंट ਹੈ ਉਹ ਗੰਦਲਾ ਹੁੰਦਾ ਜਾ ਰਿਹਾ ਹੈ ਸਰਕਾਰਾਂ ਦੇ ਏਜੰਡੇ ਦੇ ਉੱਤੇ এনवायरमेंट ਨਹੀਂ ਹੈ ਜੇਕਰ ਕੱਲ ਗੱਲੀ ਇਕੱਲੀ ਗੱਲ ਲੋਕਾਂ ਦੀ ਕੀਤੀ ਜਾਵੇ ਸਰਕਾਰਾਂ ਨੂੰ ਪਾਸੇ ਕਰ ਦਿੱਤਾ ਜਾਵੇ ਤਾਂ ਆਮ ਲੋਕਾਂ ਦੀ ਵਾਤਾਵਰਣ ਨੂੰ ਵਿੱਚ ਆਉਣ ਵਾਸਤੇ ਕਿੰਨੀ ਇੱਕ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਹੈ ਕਿ ਅਗਰ ਆਪਾਂ ਕਿਸੇ ਨੂੰ ਬਲੇਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹਰ ਕਿਸੇ ਨੂੰ ਕਿਸੇ ਨਾ ਕਿਸੇ ਉੱਤੇ ਉਂਗਲੀਆਂ ਚੱਕਣ ਦਾ ਬਹੁਤ ਪੁਰਾਣਾ ਇਹ ਰਿਹਾ ਹੈ ਕਿ ਇਹ ਆ ਜਿਹੜਾ ਹੈ ਉਹ ਗਵਰਨਮੈਂਟ ਦੇ ਉੱਤੇ ਕੋਈ ਨਾ ਕੋਈ ਗੱਲ ਬਟ ਇਨ ਡਿਸਪਾਈਟ ਆਫ ਥੀਸ ਥਿੰਗ ਸਾਡੇ ਕੋਲ ਆਪਣੀਆਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਨੇ ਉਹ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਜਿਵੇਂ ਹੁਣ ਸਾਨੂੰ ਇਹੀ ਗੱਲ ਸਾਨੂੰ ਇਹ ਇੱਕ ਬਹੁਤ ਪੁਰਾਣੀ ਇੱਕ ਸਟੱਡੀ ਵੀ ਸੀਗੀ ਉਹਦੇ ਵਿੱਚ ਵੀ ਇਹ ਚੀਜ਼ ਨਿਕਲ ਕੇ ਆਈ ਸੀਗੀ ਜਿਹੜੀਆਂ ਗੱਡੀਆਂ ਦੇ ਵਿੱਚ AC ਲੱਗਾ ਹੁੰਦਾ ਜਾਂ ਜਿੰਨਾ ਆਪਾਂ AC ਇਸ ਟਾਈਮ ਦੇ ਵਿੱਚ ਯੂਜ਼ ਕਰ ਰਹੇ ਹਾਂ ਉਹਦੇ ਨਾਲ এনਵਾਇਰਨਮੈਂਟ ਦਾ ਟੈਂਪਰੇਚਰ ਜਿਹੜਾ 2 ਡਿਗਰੀ ਉੱ ਤੇ ਆਹ ਚੀਜ਼ਾਂ ਜਿਹੜੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਪ੍ਰੇਫਰ ਕਰਨਾ ਸ਼ੁਰੂ ਕਰੋ ਅਡੇਪਟ ਕਰਨਾ ਆਪਣੀ ਲਾਈਫ ਦੇ ਵਿੱਚ ਲੈ ਕੇ ਆਓ ਕਿ ਗੱਡੀਆਂ ਦਾ ਯੂਜ਼ ਜਿੰਨਾ ਘੱਟ ਤੋਂ ਘੱਟ ਹੋ ਸਕੇ ਜਿਸ ਕਰਕੇ এনवायरमेंट ਦੇ ਵਿੱਚ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਨਾ ਜਾ ਸਕਣ ਤੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਇੰਡੀਵਿਜੂਅਲ ਦੇ ਤੌਰ ਤੇ ਹੀ ਹੋ ਸਕਦੀਆਂ ਨੇ ਗਵਰਨਮੈਂਟ ਵੀ ਆਪਣੇ ਰੂਲ ਰੈਗੂਲੇਸ਼ਨ ਉਦਾਂ ਦੇ ਕਰੇ ਕਿ ਜਦੋਂ ਹੁਣ ਉਹਨਾਂ ਨੇ ਆਡ इवन ਦਾ ਰੂਲ ਵੀ ਚਲਾਇਆ ਸੀਗਾ ਦਿੱਲੀ ਦੇ ਵਿੱਚ ਉਹ ਇੱਕ ਵਧੀਆ ਇਨੀਸ਼ੀਏਟਿਵ ਸੀਗਾ ਉਹੀ ਇਨੀਸ਼ੀਏਟਿਵ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੋਰ ਇੱਕ ਵਧੀਆ ਤਰੀਕੇ ਦੇ ਨਾਲ ਲੈ ਕੇ ਆਏ ਜਾਣ ਜਿਸ ਕਰਕੇ ਜਿਹੜਾ ਵਾਤਾਵਰਣ ਹੈ ਉਹ ਹੋਰ ਇੱਕ ਵਧੀਆ ਪੱਖੜੇ ਪਾਸੇ ਨੂੰ ਚਲੇ ਇਹ ਤਾਂ ਦੂਜੀ ਗੱਲ ਇਹ ਹੈ ਕਿ ਵਿਸ਼ਵ ਪੱਧਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਫਰਾਂਸ ਦੇ ਵਿੱਚ ਆਸਟ੍ਰੇਲੀਆ ਨੂੰ ਦੇ ਵਿੱਚ ਤਾਂ ਵਾਤਾਵਰਣ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਇਲੈਕਸ਼ਨ ਵੀ ਲੜੀਆਂ ਜਾ ਰਹੀਆਂ ਨੇ ਪਰ ਭਾਰਤ ਦੇ ਵਿੱਚ ਵਾਤਾਵਰਣ ਚੋਣਾ ਸਮੇਂ ਕੋਈ ਮੁੱਦਾ ਨਹੀਂ ਹੁੰਦਾ ਚੋਣਾ ਸਮੇਂ ਸਿਰਫ ਸਿਰਫ ਆਟਾ ਦਾਲ ਸਕੀਮ ਦੀ ਗੱਲ ਕਰ ਦਿੱਤੀ ਜਾਂਦੀ ਹੈ ਰੋਜ਼ਗਾਰ ਦੇਣ ਦੀ ਗੱਲ ਕਰ ਦਿੱਤੀ ਜਾਂਦੀ ਹੈ ਕਿ ਸਰਕਾਰਾਂ ਚੰਗਾ ਵਾਤਾਵਰਣ ਦੇਣ ਦੀ ਗੱਲ ਕਿਉਂ ਨਹੀਂ ਕਰਦੀ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ ਜਿੱਥੇ ਤੱਕ ਸਾਨੂੰ ਲੱਗਦਾ ਹੈ ਕਿ ਬੋਰਡ ਬੈਂਕ ਵਾਲੀ ਗੱਲ ਆ ਜਾਂਦੀ ਇੱਥੇ ਤਾਂ ਕਿ ਉਹ ਕਿੱਥੋਂ ਅਡਾਪਟ ਹੋ ਸਕਦਾ ਵੱਡਾ ਪੱਧਰ ਜਿਹੜਾ ਹੈ ਉਹ ਕਿੱਥੋਂ ਨਿਕਲ ਸਕਦਾ ਐਨਵਾਇਰਨਮੈਂਟਲ ਕਦੇ ਇਸ਼ੂ ਜਿਹੜਾ ਹੋ ਰਿਹਾ ਹੀ ਨਹੀਂ ਸਾਡੇ ਇੱਕ ਯੂਥ ਨੂੰ ਕਹਿ ਲਓ ਭਾਵੇਂ ਸਾਡੇ ਜਿੰਨਾ ਵੀ ਪੋਪੂਲੇਸ਼ਨ ਜਿਹੜੀ ਔਰੀਐਂਟਡ ਹੈਗੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਮੁਢਲੀਆਂ ਸਮੱਸਿਆਤਾਂ ਤੋਂ ਇਹ ਨਹੀਂ ਉੱਭਰ ਸਕੀ ਹਾਲੇ ਤੱਕ ਤੁਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਕੀ ਕਰ ਰਹੇ ਹੋ ਵੀ ਆਰ ਟ੍ਰਾਈਂਗ ਥੀਸ ਥਿੰਗਸ ਕਿ ਆਪਾਂ ਜਿੰਨਾ ਹੋ ਸਕਦਾ ਹੈ ਆਪਾਂ ਵਾਕਿੰਗ ਡਿਸਟੈਂਸ ਨੂੰ ਵੀ ਫਾਲੋ ਕਰਦੇ ਆਪਾਂ ਨਹੀਂ ਕਰਦੇ ਕਿ ਆਪਾਂ ਕਨਵੈਨਸਨ ਨੂੰ ਲੈ ਕੇ ਜਾਈਏ ਜਿੱਥੇ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਚੀਜ਼ ਜਿਹੜੀ ਉਹ ਜਾ ਕੇ ਵੀ ਇਦਾਂ ਹੋ ਸਕਦੀ ਹੈ ਅਸੀਂ ਉਹੀ ਚੀਜ਼ ਆਪਣੇ ਅੰਦਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਗਰ ਸਾਨੂੰ ਇਦਾਂ ਦਾ ਕਦੇ ਮੌਕਾ ਮਿਲਦਾ ਹੈ ਕਿ ਅਗਰ ਕਿਤੇ ਰੁੱਖ ਜਾ ਕਿਤੇ ਉਗਾਇਆ ਜਾ ਸਕੇ ਤਾਂ ਵੀ ਆਰ ਟ੍ਰਾਈਂਗ ਟੂ ਡੂ ਸੋ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਜੀ ਰਾਹੁਲ ਅੱਛਾ ਰਾਹੁਲ ਵਾਤਾਵਰਣ ਨੂੰ ਬਚਾਉਣ ਵਾਸਤੇ ਤੁਸੀਂ ਨੌਜਵਾਨ ਹੋਣ ਦੇ ਨਾਤੇ ਕੀ ਕਰ ਰਹੇ ਹੋ ਦੇਖੋ ਮੈਂ ਤਾਂ ਰਿਸਰਚ ਫੈਲੋ ਐ ਨੈਨੋ ਸਾਇੰਸ ਦੇ ਵਿੱਚ ਤੇ ਹੁਣੇ-ਹੁਣੇ ਆਪਾਂ ਇਹੀ ਡਿਸਕਸ ਕਰਕੇ ਆਏ ਸੀ ਡਿਪਾਰਟਮੈਂਟ ਦੇ ਵਿੱਚ ਕਿ ਅੱਜ ਕੱਲ੍ਹ ਵਾਤਾਵਰਣ ਦਾ ਬਹੁਤ ਕੰਡੀਸ਼ਨ ਖਰਾਬ ਹੈਗੀ ਐ ਉਹਦੇ ਉੱਤੇ ਬਹੁਤ सी ਚੀਜ਼ਾਂ ਡਿਪੈਂਡ ਕਰਦੀਆਂ ਨੇ ਜਿੱਦਾਂ ਗੱਡੀਆਂ ਲੈ ਲਓ ਘਰ ਦਾ ਲੈ ਲਓ ਤੇ ਹੁਣ ਜਿੱਦਾਂ ਕੰਪਨੀਆਂ ਵੀ ਨੋਆ ਇਨੀਸ਼ੀਏਟਿਵ ਲੈਣ ਲੱਗੀਆਂ ਕਿ ਜਿਹੜਾ ਘਰ ਦਾ ਵਿੱਚ ਏਸੀ ਲੱਗੇ ਹੋਇਆ ਉਹ 22 ਡਿਗਰੀ ਤੇ ਥੱਲੇ ਨਹੀਂ ਜਾਊਗਾ ਤੇ ਇਦਾਂ ਤੇ ਸਾਨੂੰ ਬਹੁਤ ਸੀ ਇਨੀਸ਼ੀਏਟਿਵ ਲੈਣ ਦੀ ਲੋੜ ਹੈ ਤੇ ਐਜ਼ ਅ ਇੰਡੀਵਿਜੂਅਲ ਮੈਂ ਕੀ ਕਰਦਾ ਕਿ ਜਿੱਦਾਂ ਆਪਾਂ ਇੱਦਾਂ ਸਾਡੇ ਕੋਲ ਟਿਊਸ਼ਨਾਂ ਕਾਫੀ ਆਉਂਦੀਆਂ ਨੇ ਸਟੂਡੈਂਟ ਆਉਂਦੇ ਨੇ ਜਿਹੜੇ 10th 12th ਰੀਜਨ ਦੇ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਉਹਨਾਂ ਛੁੱਟੀਆਂ ਜਿੱਦਾਂ ਪਈਆਂ ਹੋਈਆਂ ਨੇ ਯੂਨੀਵਰਸਿਟੀ ਤੇ ਹਰ ਜਗ੍ਹਾ ਛੁੱਟੀਆਂ ਪਈਆਂ ਹੋਈਆਂ ਨੇ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਛੁੱਟੀਆਂ ਤੇ ਜਾਂ ਫਿਰ ਉਹਨਾਂ ਰੇਣੀ ਸੀਜ਼ਨ ਆਣ ਆਰਾ ਉਹਦੇ ਡਿਊਰਿੰਗ ਆਪਾਂ ਮਤਲਬ ਇੱਕ ਇੱਕ ਬੋਟਾ ਵੀ ਲਾਓਗੇ ਕਿਤੇ ਨਾ ਕਿਤੇ ਤੋ ਮਤਲਬ ਕਿਤਨਾ ਕਿਤੇ ਇਫੈਕਟ ਕਰੂਗਾ ਬਿਲਕੁਲ ਬੂਟਾ ਲਗਾਉਣ ਦੀ ਗੱਲ ਕੀਤੀ ਹੈ ਬੂਟਾ ਲਗਾਉਣ ਤੋਂ ਬਾਅਦ ਪਾਲਣ ਦੀ ਗੱਲ ਵਧੇਰੇ ਜ਼ਰੂਰੀ ਹੁੰਦੀ ਹੈ ਪਰ ਦੂਜਾ ਸਵਾਲ ਇਹ ਹੈ ਕਿ ਸਰਕਾਰਾਂ ਦੇ ਵੱਲੋਂ ਵੀ ਹੁਣ ਵਾਤਾਵਰਣ ਦਿਵਸ ਹੋ ਕੇ ਲੰਘਿਆ ਹੈ ਤਾਂ ਇਸ ਸਮੇਂ ਵੀ ਸਰਕਾਰਾਂ ਦੇ ਵੱਲੋਂ ਦਾਅਵੇ ਕੀਤੇ ਗਏ ਨੇ ਕਿ ਐਨੇ ਲੱਖ ਬੂਟੇ ਲਗਾਏ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਵੀ ਕੀਤੇ ਜਾਂਦੇ ਨੇ ਬੂਟੇ ਲਗਾਉਣ ਤੱਕ ਸੀਮਤ ਰਹਿੰਦੇ ਨੇ ਹਰ ਵਾਰ ਕਿੰਨੇ ਹੀ ਵਾਤਾਵਰਣ ਦਿਵਸ ਲੰਘ ਚੁੱਕੇ ਨੇ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਜੇਕਰ ਇੰਨੀ ਗਿਣਤੀ ਦੇ ਵਿੱਚ ਬੂਟੇ ਲੱਗਦੇ ਹੁੰਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਜੰਗਲ ਬਣ ਜਾਂਦਾ ਉਹ ਗੱਲ ਤੇ ਹੈਗੀ ਹੈ ਲੇਕਿਨ ਦੇਖੋ ਜਾਈਏ ਕਿ ਅੱਜ ਕੱਲ ਬੂਟੇ ਲਗਾਉਣ ਦੀ ਗੱਲ ਤੇ ਸਹੀ ਹੈ ਲੇਕਿਨ ਲੋਕਾਂ ਨੂੰ ਇਹ ਵੀ ਹੈ ਕਿ ਸਾਡੀ ਗੱਡੀ ਅਗਰ ਇੱਥੇ ਤੋਂ ਮਤਲਬ ਚੰਡੀਗੜ੍ਹ ਤੋਂ ਅਗਰ ਤੁਸੀਂ ਖਰੜ ਜਾਣਾ ਹੈ ਤਾਂ ਤੁਸੀਂ 15 ਮਿੰਟਾਂ 'ਚ ਪਹੁੰਚ ਜਾਓ 30 ਮਿੰਟ ਦੀ ਜਗ੍ਹਾ ਉਹਦੇ ਲਈ ਤੇ ਫਲਾਈਓਵਰ ਵਗੈਰਾ ਬਣ ਰਹੇ ਨੇ ਹਰ ਚੀਜ਼ ਹੋ ਰਹੀ ਹੈ ਤੇ ਫਿਰ ਉਹਨਾਂ ਲਈ ਤੇ ਬੂਟੇ ਲਈ ਮਤਲਬ ਇਦਾਂ ਕਰਨਾ ਚਾਹੀਦਾ ਸਰਕਾਰ ਨੂੰ ਕਿ ਜਿੱਦਾਂ ਬੋਟੈਨੀਕਲ ਗਾਰਡਨ ਵਗੈਰਾ ਜਿੱਦਾਂ ਯੂਨੀਵਰਸਿਟੀਆਂ ਤੇ ਬਣਾਏ ਜਾਂਦੇ ਨੇ ਉਦਾਂ ਦਾ ਗ੍ਰਾਂਟ ਕੋਈ ਇਸ਼ੂ ਕਰੇ ਕਿ ਕੁਝ ਰੀਜਨ ਜਿਹੜਾ ਹੈ ਉਹ ਸਪੈਸ਼ਲ ਇਹਨਾਂ ਕੰਮਾਂ ਨੂੰ ਰਹਿ ਜਾਏ ਇਦਾਂ ਤੇ ਹੈ ਨਹੀਂ ਕਿ ਰੋਡ ਬਣਾਉਣਾ ਬੰਦ ਕਰ ਦੇਣਗੇ ਬਹੁਤ ਬਹੁਤ ਧੰਨਵਾਦ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਕੁਝ ਹੋਰ ਨੌਜਵਾਨ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਲਗਾਤਾਰ ਵਿਸ਼ਵ ਪੱਧਰ ਦੇ ਉੱਤੇ ਵਾਤਾਵਰਣ ਦੀ ਸਥਿਤੀ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸਲ ਮਾਇਨੇ ਦੇ ਵਿੱਚ ਉਹ ਦਾਅਵੇ ਲਾਗੂ ਹੁੰਦੇ ਨੇ ਕਿ ਆਮ ਲੋਕ ਵਾਤਾਵਰਣ ਨੂੰ ਬਚਾਉਣ ਦੇ ਲਈ ਅੱਗੇ ਆ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਯੁਕਤੀ ਅੱਛਾ ਯੁਕਤੀ ਕੀ ਲੱਗ ਰਿਹਾ ਕਿ ਹੁਣ ਲਗਾਤਾਰ ਵਾਤਾਵਰਣ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਪਾਣੀ ਹਵਾ ਹਰ ਇੱਕ ਦੇ ਵਿੱਚ ਗੰਦਲਪਰਨ ਦੇਖਣ ਨੂੰ ਮਿਲ ਰਿਹਾ ਹੈ ਫੈਕਟਰੀਆਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਆਮ ਲੋਕ ਵੀ ਉਹਨੇ ਹੀ ਦੋਸ਼ੀ ਨੇ ਜਿੰਨੀਆਂ ਸਰਕਾਰਾਂ ਨੇ ਹਾਂ ਸ਼ੋਰ ਮੈਂ ਇਹ ਸੋਚਦੀ ਆ ਕਿ ਆਮ ਲੋਕ ਵੀ ਉਹਨੇ ਹੀ ਆਪਾ ਬਲੇਮ ਕਰਨ ਨੂੰ ਅੱਗੇ ਹੁੰਨੇ ਆ ਵੀ ਗਵਰਨਮੈਂਟ ਨਹੀਂ ਕਰ ਰਹੀ ਬਟ ਔਨ ਐਨ ਇੰਡੀਵਿਜੂਅਲ ਵੀ ਆਰ ਆਲਸੋ ਨਾਟ ਟੇਕਿੰਗ ਐਨੀ ਐਫਰਟ ਜੋ ਮੈਂ ਦੇਖਿਆ ਤੁਸੀਂ ਵਾਤਾਵਰਣ ਬਚਾਉਣ ਦੇ ਲਈ ਕੀ ਕਰਦੇ ਹੋ ਫਿਰ ਮੈਂ ਵਾਤਾਵਰਨ ਬਚਾਣ ਲਈ ਏਸੀ ਦਾ ਉਪਯੋਗ ਘਟ ਕੀਤਾ ਮੈਂ ਇਸ ਵਾਰ ਤੋਂ ਪਹਿਲਾਂ ਬਹੁਤ ਕਰਦੀ ਸੀ ਇਸ ਵਾਰ ਤੋਂ ਘਟ ਕੀਤਾ ਐਂਡ ਸੈਕੰਡਲੀ ਕਾਰ ਪੂਲਿੰਗ ਫਰੈਂਡਸ ਵਗੈਰਾ ਨਾਲ ਥੋੜੇ ਬਹੁਤ ਇੰਨਾ ਕੀ ਇਲੈਕਸ਼ਨ ਹੋਏ ਨੇ ਇਲੈਕਸ਼ਨ ਦੇ ਵਿੱਚ ਸਰਕਾਰ ਦੇ ਵੱਲੋਂ ਵਾਤਾਵਰਨ ਕੋਈ ਏਜੰਡਾ ਨਹੀਂ ਰਿਹਾ ਨੌਕਰੀਆਂ ਦੇਣ ਦੇ ਵਾਅਦੇ ਕਰ ਦਿੱਤੇ ਗਏ ਨੇ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੁੰਦੀ ਰਹੀ ਹੈ ਵਿਰੋਧੀ ਧਿਰਾਂ ਆਪਸ ਦੇ ਵਿੱਚ ਉਲਝਦੀਆਂ ਰਹੀਆਂ ਨਾ ਤਾਂ ਆਮ ਲੋਕਾਂ ਦੇ ਵੱਲੋਂ ਵਾਤਾਵਰਣ ਨੂੰ ਮੁੱਦਾ ਬਣਾਇਆ ਗਿਆ ਤੇ ਨਾ ਹੀ ਸਰਕਾਰਾਂ ਦੇ ਵੱਲੋਂ ਜਾਂ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਕਾਰਨ ਕੀ ਮੰਨਦੇ ਹੋ ਇਸ ਦੇ ਲਈ ਬਿਕੋਜ਼ ਇੱਕ ਬਹੁਤ ਨੈਗਲੈਕਟਿਡ ਇਸ਼ੂ ਹੈ ਆਈ ਥਿੰਕ ਸੋ ਕਿਉਂਕਿ ਲੋਕ ਅੱਜ ਕੱਲ ਮੋਰ ਟੁਵਰਡਸ ਕੀ ਹਾਂ ਠੀਕ ਹੈ ਨੌਕਰੀ ਚਾਹੀਦੀ ਹੈ ਇਹ ਉਹ ਆਪਣਾ ਸੋਸ਼ਲ ਜਿਹੜਾ ਲਾਈਫ ਹੈ ਲਾਈਕ এনवायरमेंट ਜਾਂ ਮੋਰਲ ਇਸ਼ੂਜ਼ ਨੂੰ ਕੋਈ ਕਨਸੀਡਰੇਸ਼ਨ ਨਹੀਂ ਦਿੱਤੀ ਜਾਂਦੀ ਅੱਛਾ ਵਿਦੇਸ਼ਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਵਾਤਾਵਰਣ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਚਾਈਨਾ ਦੇ ਵਿੱਚ ਵੀ ਉੱਥੋਂ ਦੀ ਸਰਕਾਰ ਨੇ ਕਾਫੀ ਸੁਧਾਰ ਕੀਤਾ ਹੈ ਹਵਾ ਦੀ ਜਿਹੜੀ ਹੈ ਉਹ ਗੁਣਵੱਤਾ ਪਹਿਲਾਂ ਦੇ ਮੁਕਾਬਲੇ ਵਧੀ ਹੈ ਭਾਰਤ ਦੇ ਵਿੱਚ ਲਗਾਤਾਰ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਜਿਹੜਾ ਪੰਜਾਬ ਦਾ ਰਕਬਾ ਹੈ ਉਸ ਦੇ ਵਿੱਚ ਜੰਗਲਾਂ ਦੀ ਜਿਹੜੀ ਹੈ ਉਹ ਘਾਟ ਹੁੰਦੀ ਨਜ਼ਰ ਆ ਰਹੀ ਹੈ ਦਰਖਤਾਂ ਦੀ ਘਾਟ ਹੁੰਦੀ ਨਜ਼ਰ ਆ ਰਹੀ ਹੈ ਹੁਣ ਆਪਾਂ ਬੜੀ ਮੁਸ਼ਕਲ ਦੇ ਨਾਲ ਆ ਦਰਖਤ ਲੱਭ ਕੇ ਖੜੇ ਹਾਂ ਪਰ ਜੇਕਰ ਇਸ ਤੋਂ ਬਾਹਰ ਚਲੇ ਜਾਵੇ ਤਾਂ ਦਰਖਤ ਦੇਖਣ ਨੂੰ ਨਹੀਂ ਮਿਲਦੇ ਬਹੁਤ ਜ਼ਿਆਦਾ ਤਪਸ਼ ਵਧੀ ਹੋਈ ਹੈ ਹਾਂ ਫਿਰ ਉਹਦਾ ਰੀਜ਼ਨ ਆਹੀ ਹੈ ਕਿ ਪੰਜਾਬ ਦੇ ਅੰਦਰ ਇੱਕ ਤਾਂ ਲੋਕ ਅਵੇਅਰ ਘੱਟ ਨੇ ਲੋਕ ਧਿਆਨ ਜ਼ਿਆਦਾ ਨਹੀਂ ਦਿੰਦੇ ਹੋਰ ਸਟੇਟਸ ਵੱਲ ਜਾਓ ਤਾਂ ਲੋਕ ਅਵੇਅਰ ਨੇ ਆਪਣੇ ਰਾਈਟਸ ਨੂੰ ਲੈ ਕੇ ਆਪਣੇ ਆਪਾ ਲੋਕ ਇੰਨੇ ਅਵੇਅਰ ਨਹੀਂ ਹੈਗੇ ਬਹੁਤ ਬਹੁਤ ਧੰਨਵਾਦ ਸਸੀ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਨੀਤ ਕੌਰ ਅੱਛਾ ਗੁਰਨੀਤ ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਯੂਥ ਓਨ ਦੇ ਨਾਤੇ ਤੁਸੀਂ ਕੀ ਕਰ ਰਹੇ ਹੋ ਮੈਂ ਸਿਰਫ ਇਨਾ ਧਿਆਨ ਦਿੰਨੀ ਆ ਕਿ ਜਿਵੇਂ ਰਸਤੇ 'ਚ ਜਾਂਦੇ ਹੋਏ ਕਦੇ ਵੀ ਕੋਈ ਕੂੜਾ ਬਾਹਰ ਨਹੀਂ ਸੁੱਟਣਾ ਹੈਗਾ ਜਾਂ ਫਿਰ ਏਸੀ ਵਗੈਰਾ ਦੀ ਵਰਤੋਂ ਜਿਵੇਂ ਯੁਕਤੀ ਨੇ ਗਿਆ ਉਸ ਦੀ ਵਰਤੋਂ ਕੱਟ ਕਰਨੀ ਹੁੰਦੀ ਆ ਅਹ ਹੋਰ ਜਿਵੇਂ ਪਾਣੀ ਦੇ ਵਿੱਚ ਕਿਤੇ ਵੀ ਪਾਈਪ ਵਗੈਰਾ ਦੇ ਵਿੱਚ ਅਸੀਂ ਗੰਦਾ ਪਾਣੀ ਗਰਾਊਂਡ ਵਾਟਰ ਦਾ ਹੋ ਗਿਆ ਜਿਵੇਂ ਸੀਵਰੇਜ ਡਿੱਕੇਜ ਵਗੈਰਾ ਹੁੰਦੀ ਉਸ ਦੀ ਕੰਪਲੇਂਟ ਉਸੇ ਟਾਈਮ ਦੇ ਉੱਤੇ ਕਰ ਦਿੰਨੇ ਆ ਬਸ ਇਹੀ ਸਭ ਕੁਝ ਕਰਦਾ ਧਿਆਨ ਅੱਛਾ ਜਿਵੇਂ ਪੰਜਾਬ ਸਰਕਾਰ ਦੀ ਗੱਲ ਕਰਾਂ ਪੰਜਾਬ ਸਰਕਾਰ ਨੇ ਇਸ ਵਾਤਾਵਰਣ ਦਿਵਸ ਤੇ ਮੌਕੇ ਕਿਹਾ ਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ 5 ਲੱਖ ਬੂਟੇ ਲਗਾਏ ਜਾਣਗੇ ਇਸ ਤੋਂ ਪਹਿਲਾਂ ਵੀ ਜਿੰਨੇ ਵਾਤਾਵਰਣ ਦਿਵਸ ਹੋਏ ਨੇ ਹਰ ਵਾਰ 5 ਤਰੀਕ ਨੂੰ ਵਾਤਾਵਰਣ ਦਿਵਸ ਤੌਰ ਤੇ ਮਨਾਇਆ ਜਾਂਦਾ ਹੈ ਤੇ ਬੂਟੇ ਲਗਾਉਣ ਦੀ ਗੱਲ ਕੀਤੀ ਜਾਂਦੀ ਪਾਣੀ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਲੱਗਦਾ ਹੈ ਕਿ ਜਿੰਨੇ ਦਾਅਵੇ ਸਰਕਾਰ ਕਰਦੀ ਹੈ ਉਹ ਪ ਉਹ ਤਾਂ ਫਿਰ ਇਹੀ ਗੱਲ ਹੋ ਗਈ ਨਾ ਪਲਾਂਟ ਕਰ ਦਿੰਦੇ ਆ ਪਰ ਉਸ ਤੋਂ ਬਾਅਦ ਧਿਆਨ ਤਾਂ ਰੱਖਦੇ ਨਹੀਂ ਹੈਗੇ ਤਾਂ ਉਹਨਾਂ ਨੇ ਵੱਡੇ ਕੀ ਤੋਂ ਹੋਣਾ ਉਹਨਾਂ ਨੇ ਸਾਰੇ ਵਾਤਾਵਰਣ ਨੂੰ ਠੀਕ ਕਿਵੇਂ ਕਰਨਗੇ ਉਹ ਤਾਂ ਉਸ ਦਾ ਧਿਆਨ ਰੱਖਣਾ ਵੀ ਤਾਂ ਜ਼ਰੂਰੀ ਹੈ ਨਾ ਸਿਰਫ ਇੱਕ ਵਾਰ ਕਰ ਦੇਣਾ ਸਭ ਕੁਝ ਸਹੀ ਨਹੀਂ ਹੁੰਦਾ ਅੱਛਾ ਕਿਤਾਬਾਂ ਦੇ ਵਿੱਚ ਵੀ ਸਭ ਪੜਾਇਆ ਜਾਂਦਾ ਹੈ ਤੇ ਲਗਾਤਾਰ ਵਾਤਾਵਰਣ ਬਚਾਓ ਦੇ ਨਾਰੇ ਵੀ ਲਗਾਏ ਜਾਂਦੇ ਨੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨਾਰੇ ਜਾਂ ਕਿਤਾਬਾਂ ਦੇ ਰਾਹੀਂ ਜੋ ਸੰਦੇਸ਼ ਦਿੱਤਾ ਜਾਂਦਾ ਹੈ ਉਹ ਆਮ ਲੋਕਾਂ ਤੱਕ ਉਸ ਤਰ੍ਹਾਂ ਪੁੱਜਦਾ ਹੈ ਤੇ ਆਮ ਲੋਕ ਉਸ ਨੂੰ ਜਾਂ ਨੌਜਵਾਨ ਉਸ ਨੂੰ ਉਸੇ ਤਰ੍ਹਾਂ ਹੀ ਉਸ ਦੇ ਉੱਤੇ ਇੰਪਲੀਮੈਂਟ ਕਰਦੇ ਨੇ ਨਹੀਂ ਬਿਲਕੁਲ ਵੀ ਨਹੀਂ ਕਰਦੇ ਅਸੀਂ ਵੀ ਛੋਟੇ ਹੁੰਦੇ ਸੀ ਅਸੀਂ ਕਦੇ ਇੰਪਲੀਮੈਂਟ ਨਹੀਂ ਕੀਤਾ ਹੈਗਾ ਹੁਣ ਜਾ ਕੇ ਜਦੋਂ ਦੇਖਦੇ ਆਂ ਵੀ ਹਾਂ ਕੀ ਕੁਝ ਹੋ ਰਿਹਾ ਆ ਆਪਣੇ ਆਪ ਸਮਝ ਆਉਂਦੀ ਆ ਇਹ ਤਾਂ ਹੁਣ ਪੇਰੈਂਟਸ ਦੀ ਤੇ ਟੀਚਰਸ ਦੀ ਬਣਦੀ ਆ ਨਾ ਵੀ ਉਹ ਹਰ ਇੱਕ ਚੀਜ਼ ਨੂੰ ਸਿਖਾਉਣ ਉਹਨਾਂ ਨੂੰ ਕਿਤਨਾ ਕਿਤੇ ਛੋਟੇ ਹੁੰਦੇ ਤੋਂ ਹੀ ਸੰਸਕਾਰਾਂ ਦੇ ਤੌਰ ਤੇ ਹੀ ਵਾਤਾਵਰਣ ਨੂੰ ਬਚਾਉਣ ਦਾ ਵੀ ਇੱਕ ਸੰਸਕਾਰ ਦੇਣਾ ਚਾਹੀਦਾ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਅਸੀਕਲ ਜੀ ਅਸੀਕਲ ਜੀ ਕੀ ਨਾਮ ਹੈ ਜੀ ਜਸਪ੍ਰੀਤ ਅਤ ਜਸਪ੍ਰੀਤ ਤੁਸੀਂ ਵਾਤਾਵਰਣ ਨੂੰ ਬਚਾਉਣ ਵਾਸਤੇ ਕੀ ਕੁਝ ਕਰ ਰਹੇ ਹੋ ਵਾਤਾਵਰਨ ਨੂੰ ਬਚਾਉਣ ਦੇ ਲਈ ਪਹਿਲਾਂ ਤਾਂ ਜਿਵੇਂ ਵਰਟਰ ਪੋਲੂਸ਼ਨ ਹੋ ਗਿਆ ਉਹਨੂੰ ਰੋਕਦਿਆਂ ਕਿਉਂਕਿ ਬਹੁਤ ਲੋਕੀ ਨੇ ਜੋ ਪਾਣੀ ਦੇ ਵਿੱਚ ਘੂੜਾ ਵਗੈਰਾ ਸਿੱਟ ਦਿੰਦੇ ਆਗੇ ਅੱਜਕੱਲ ਤੇ ਉਹ ਚੀਜ਼ ਨੂੰ ਬਚਾਉਣੇ ਆ ਤੇ ਏਸੀਸ ਵਗੈਰਾ ਦੀ ਜੋ ਵਰਤੋ ਆ ਉਹ ਕੱਟ ਕਰ ਰਹੇ ਆ ਕਿਉਂਕਿ ਅੱਜਕੱਲ ਏਸੀਸ ਨੇ ਜਿਹੜੇ ਉਹ ਜ਼ਿਆਦਾ ਹੀ ਯੂਜ਼ ਕੀਤੇ ਜਾ ਰਹੇ ਨੇਗੇ ਸਭ ਦੇ ਦੁਆਰਾ ਅੱਛਾ ਹੋਰ ਕੀ ਕਾਰਨ ਮੰਨਦੇ ਹੋ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਵਿਗਾੜ ਕਿਉਂ ਆ ਰਿਹਾ ਹੈ ਗਲੋਬਲ ਵਾਰਮਿੰਗ ਦੇ ਵਿੱਚ ਵਿਗਾੜ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਕਿਤੇ ਘੱਟ ਪੈਂਦੇ ਨੇ ਕਿਤੇ ਜ਼ਿਆਦਾ ਪੈਂਦੇ ਨੇ ਕਾਰਨ ਕੀ ਹੈ ਇਹਦੇ ਨੇ ਇਦਾ ਕਾਰਨ ਤਾਂ ਹਿਊਮਨ ਬੀਿੰਗ ਹਿਊਮਨ ਬੀਿੰਗ ਹੀ ਨੇ ਕਿਉਂਕਿ ਉਹ ਕੇਅਰ ਨਹੀਂ ਕਰਦੇ ਹੈਗੇ এনਵਾਇਰਨਮੈਂਟ ਦੀ ਤਾਂ ਆਪੇ ਹੀ ਕਹਿ ਸਕਦੇ ਆ ਕਿ ਆਪਾਂ ਹੀ ਇਸ ਚੀਜ਼ ਦੇ ਜ਼ਿੰਮੇਵਾਰ ਆਂਗੇ ਅੱਜ ਬੇਸਿਕ ਨੀਡ ਜੇਕਰ ਇਨਸਾਨ ਦੀ ਮੰਨੀ ਜਾਵੇ ਤਾਂ ਹਵਾ ਪਾਣੀ ਰ ਖਾਣਾ ਹੁੰਦਾ ਹੈ ਰੋਟੀ ਹੁੰਦੀ ਹੈ ਇਹ ਤਿੰਨੇ ਚੀਜ਼ਾਂ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੋਲਿਊਟ ਹੋ ਚੁੱਕੀਆਂ ਹੈ ਗੰਦਲੀਆਂ ਹੋ ਚੁੱਕੀਆਂ ਪਰ ਸਵਾਲ ਇਹ ਹੈ ਕਿ ਲਗਾਤਾਰ ਜਿਹੜੀਆਂ ਇਹ ਚੀਜ਼ਾਂ ਗੰਦਲੀਆਂ ਹੁੰਦੀਆਂ ਜਾ ਰਹੀਆਂ ਇਹਦੇ ਬਾਵਜੂਦ ਵੀ ਲੋਕ ਉਸੇ ਤਰ੍ਹਾਂ ਹੀ ਜ ਜੁਣਾ ਸ਼ੁਰੂ ਕਰ ਦਿੱਤਾ ਹੈ ਬਦਲਾਅ ਨਹੀਂ ਆ ਰਿਹਾ ਬਦਲਾਅ ਦੇ ਲਈ ਜਿੱਥੇ ਸਰਕਾਰ ਨੂੰ ਕੁਝ ਕੰਮ ਕਰਨ ਦੀ ਲੋੜ ਹੈ ਉੱਥੇ ਆਮ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਜੇ ਆਪਾਂ ਕਹੀਏ ਕਿ ਸਰਕਾਰ ਹੀ ਹਰ ਇੱਕ ਕੁਝ ਕਰੇ ਤਾਂ ਇਹ ਵੀ ਜ਼ਰੂਰੀ ਨਹੀਂ ਹੈਗਾ ਤਾਂ ਆਪਾਂ ਨੂੰ ਵੀ ਮੂਰੇ ਆਉਣਾ ਚਾਹੀਦਾ ਤਾਂ ਸਰਕਾਰ ਹੀ ਥੋੜੀ ਨਾ ਇਹ ਚੀਜ਼ਾਂ ਕਰੋਗੀ ਆਪਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਇਸ ਚੀਜ਼ਾਂ ਬਾਰੇ ਸੋ ਆਪੇ ਇਹ ਕਹਿ ਸਕਦੇ ਹਾਂ ਕਿ ਆਪਾਂ ਵੀ ਇਸ ਚੀਜ਼ ਵੱਲ ਧਿਆਨ ਦੇਈਏ ਤੇ ਸਰਕਾਰ ਵੀ ਇਸ ਚੀਜ਼ ਦੇ ਲਈ ਕੁਝ ਕ ਸਟੈਪ ਚੱਕੇ ਜੋ ਕਿ ਇੰਪੋਰਟੈਂਟ ਹੋਣ ਤੇ ਉਹਨਾਂ ਤੇ ਕੁਝ ਨਾ ਕੁਝ ਕੀਤਾ ਜਾਵੇ ਕਿ ਉਹ ਇਦਾਂ ਨਾ ਕਰਨ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਪ੍ਰਤੀਕਰਮ ਵਾਤਾਵਰਣ ਨੂੰ ਲੈ ਕੇ ਸਾਹਮਣੇ ਆਏ ਨੇ ਇੱਕ ਤਾਂ 5 ਤਰੀਕ ਨੂੰ 5 ਜੂਨ ਨੂੰ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਉਸ ਸਮੇਂ ਵੱਡੀ ਗਿਣਤੀ ਦੇ ਵਿੱਚ ਸਰਕਾਰਾਂ ਦੇ ਵੱਲੋਂ ਲੋਕਾਂ ਦੇ ਨਾਲ ਤੇ ਹਰ ਇੱਕ ਤਰ੍ਹਾਂ ਦੇ ਸੰਭਵ ਵਾਅਦੇ ਕਰ ਦਿੱਤੇ ਜਾਂਦੇ ਨੇ ਬੂਟੇ ਲਗਾਉਣ ਦੇ ਵਾਅਦੇ ਕਰ ਦਿੱਤੇ ਜਾਂਦੇ ਨੇ ਪਰ ਸਵਾਲ ਇਹ ਹੈ ਕਿ ਲਗਾਤਾਰ ਕੀਤੇ ਹੋਏ ਇਹਨਾਂ ਵਾਅਦਿਆਂ ਦੇ ਉੱਤੇ ਕੀ ਸਰਕਾਰਾਂ ਨੇ ਕੋਈ ਕੰਮ ਕੀਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਵੱਲੋਂ ਸਿਰਫ ਤੋਂ ਸਿਰਫ ਦਾਅਵੇ ਕੀਤੇ ਜਾਂਦੇ ਨੇ ਪਰ ਜਿੱਥੇ ਸਰਕਾਰਾਂ ਨੂੰ ਲੈ ਕੇ ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲ ਦੇ ਆਧਾਰ ਦੇ ਉੱਤੇ ਵਾਤਾਵਰਣ ਨੂੰ ਬਚਾਉਣ ਦੇ ਲਈ ਹੰਭਲੇ ਮਾਰਨ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਮੁੰਦਯੋ ਜੀ ਆ ਗਿਆ ਧੰਨਵਾਦ